ਗੁਰਪਤਵੰਤ ਸਿੰਘ ਪੰਨੂ ਜਿਹੜੇ ਸਿੱਖਸ ਫੋਰ ਜਸਟਿਸ ਦੇ ਨੂੰ ਦੇ ਪ੍ਰਮੁੱਖ ਨੇ, ਉਹਨਾਂ ਦੀ ਅੱਜ ਪ੍ਰੋਪਰਟੀਆਂ ਚੰਡੀਗੜ੍ਹ ਜਾਂ ਬਾਕੀ ਜਗ੍ਹਾ 'ਤੇ ਜਿੱਥੇ ਵੀ ਹੈ ਉਹ ਅਟੈਚ ਕੀਤੀਆਂ ਨੇ। ਇਹ ਕਾਨੂੰਨੀ ਤਰੀਕਾ ਹੈਗਾ, NIA ਨੇ ਅਟੈਚ ਕਰਨੀਆਂ ਸੀ ਕਿਉਂਕਿ ਦੇਸ਼ ਦੇ ਖਿਲਾਫ਼ ਉਹ ਬਗਾਵਤ ਕਰਦਾ, ਆਤੰਕੀ ਹੈਗਾ ਉਹ, ਔਰ ਇਹ ਸਖ਼ਤ ਤੋਂ ਸਖ਼ਤ ਐਕਸ਼ਨ ਇਹਨਾਂ ਦੇ ਖਿਲਾਫ਼ ਹੋਣੇ ਚਾਹੀਦੇ ਆ। ਔਰ ਹਿੰਦੁਸਤਾਨ ਇੱਕ ਡੈਮੋਕ੍ਰੇਟਿਕ ਕੰਟਰੀ ਹੈ, ਇਸ ਕਰਕੇ ਕੋਰਟ ਤੋਂ ਆਰਡਰ ਲੈਣੇ ਪਏ, ਨਹੀਂ ਤਾਂ ਕਿਸੇ ਹੋਰ ਦੇਸ਼ 'ਚ ਹੁੰਦਾ ਤਾਂ ਹੁਣ ਤੱਕ ਤਾਂ ਸਾਰਾ ਕੁਛ ਹੀ ਉਜਾੜ ਕੇ ਰੱਖ ਦਿੰਦੇ ਉਹਦਾ। ਔਰ ਮੈਂ ਸਮਝਦਾ ਕਿ ਸਖ਼ਤ ਤੋਂ ਸਖ਼ਤ ਕਾਰਵਾਈ ਨੇ ਲੋਕਾਂ ਦੇ ਖਿਲਾਫ਼ ਕਰਨੀ ਚਾਹੀਦੀ ਹੈ, ਜ਼ੀਰੋ ਟੋਲਰੈਂਸ ਹੋਣੀ ਚਾਹੀਦੀ ਆ। ਇਹ ਮਾਨਵਤਾ ਦੇ ਦੁਸ਼ਮਣ ਨੇ ਔਰ ਇਹ ਦੇਸ਼ ਦੇ ਦੁਸ਼ਮਣ ਨੇ, ਇਹਨਾਂ ਨਾਲ ਉਹੀ ਵਿਵਹਾਰ ਹੋਣਾ ਚਾਹੀਦਾ ਔਰ ਇਹਨਾਂ ਨੂੰ ਕਿਸੇ ਤਰ੍ਹਾਂ ਵੀ ਸਪੇਅਰ ਨਹੀਂ ਕੀਤਾ ਜਾਣਾ ਚਾਹੀਦਾ। ਮੈਂ ਸਰਕਾਰ ਦਾ ਅਤੇ NIA ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਇਹਦੀਆਂ ਪ੍ਰੋਪਰਟੀਆਂ ਅਟੈਚ ਕੀਤੀਆਂ, ਔਰ ਜਿਹੜਾ ਹੋਰ ਵੀ ਰਹਿ ਗਏ ਨੇ ਇਹਦੇ ਐਸੈਟਸ ਉਹ ਵੀ ਹੋਣੇ ਚਾਹੀਦੇ ਆ। ਇਹੋ ਜਿਹੇ ਲੋਕਾਂ ਲਈ ਇਹੀ ਸਬਕ ਹੁੰਦਾ ਅਤੇ ਇੱਕ ਸਖ਼ਤ ਮੈਸੇਜ ਦੇਣਾ ਚਾਹੀਦਾ ਇਹਦੇ ਲਈ।